ਹੈਲੋ ਸਟੂਡੈਂਟਸ ਐਂਡ ਵੈਲਕਮ ਟੂ ਮਾਈ ਚੈਨਲ ਮੀਟ ਸਰ ਮੈਥਸ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੁਹਾਡੇ ਵਧੀਆ ਪੇਪਰ ਹੋਗੇ ਹੋਣਗੇ ਮੈਂ ਗੱਲ ਕਰ ਰਿਹਾ 10th ਕਲਾਸ ਦੇ ਸਟੂਡੈਂਟਸ ਦੀ ਜਿਨ੍ਹਾਂ ਨੇ ਹੁਣ ਲੈਣੀ ਹੈ 11th ਕਲਾਸ ਦੇ ਵਿੱਚ ਐਡਮਿਸ਼ਨ ਕਿਦੇ ਵਿੱਚ ਮੈਰੀਟੋਰੀਅਸ ਜਾਂ ਫਿਰ ਐਮੀਨੈਂਸ ਸਕੂਲਸ ਦੇ ਵਿੱਚ ਉਹਨਾਂ ਦਾ ਇੱਕ ਟੈਸਟ ਹੋਣਾ ਜੋ ਕਿ ਹੈ 30th ਮਾਰਚ 2024 ਨੂੰ ਉਹਦੀ ਤਿਆਰੀ ਦੇ ਲਈ ਹੀ ਜੋ ਲਾਸਟ ইয়ার ਦਾ ਪੇਪਰ ਸੀ ਐਮਿਨੈਂਸ ਸਕੂਲ ਦਾ ਉਹਦਾ ਆਪਾਂ ਸੋਲੂਸ਼ਨ ਸਟਾਰਟ ਕੀਤਾ ਸੀ ਉਹਦਾ ਮੈਥ ਪਾਰਟ ਸੋਲਵ ਕਰ ਲਿਆ ਸੀ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਉਸ ਦੇ ਸਾਇੰਸ ਵਾਲੇ ਪੋਰਸ਼ਨ ਨੂੰ ਸੋਲ ਬਟ ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਜਾਈਏ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਬਈ ਤਾਂਕੇ ਸਾਡੀਆਂ ਸਾਰੀਆਂ ਲੇਟੈਸਟ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹੀਆਂ ਰਹਿਣ ਜੋ ਕਿ ਤੁਹਾਡੇ ਲਈ ਕਾਫੀ ਇਨਫੋਰਮੇਟਿਵ ਹੋਣ ਗਿਆ ਹੋਪਫੁਲੀ ਹਾਂਜੀ ਆ ਜੰਦੇ ਆ ਸਾਇੰਸ ਪਾਰਟ ਦੇ ਕੁਐਸਚਨਸ ਚੋਂ ਪਹਿਲੇ ਤੇ ਵਾਟ ਇਜ਼ ਦਾ ਫੋਕਲ ਲੈਂਥ ਆਫ ਪਲੇਨ ਮਿਰਰ ਸਮਤਲ ਦਰਪਣ ਦੀ ਫੋਕਸ ਦੂਰੀ ਕਿੰਨੀ ਹੁੰਦੀ ਹੈ ਹਾਂਜੀ ਅਨੰਤ ਯਾਨੀ ਕਿ ਇਨਫਾਈਨਾਈਟ ਜੇਕਰ ਮੈਂ ਕਿਸੇ ਇੱਕ ਮੀਡੀਅਮ ਚ ਐਕਸਪਲੇਨ ਕਰਦਾ ਤਾਂ ਦੂਜੇ ਚ ਕਰਨੋ ਰਹਿ ਜਾਂਦਾ ਤਾਂ ਤੁਸੀਂ ਸਮਝ ਜਾਣਾ অপਸ਼ਨਸ ਉਹੀ ਨੇ ਵਿਚ ਟਾਈਪ ਆਫ ਮਿਰਰ ਇਜ਼ ਯੂਜ਼ਡ ਇਨ ਵੀਕਲਸ ਐਜ਼ ਅ ਰੀਅਰ ਵਿਊ ਮਿਰਰ ਹਾਂਜੀ ਵੀਕਲ ਦੇ ਪਿਛਲੇ ਪਾਸੇ ਦਾ ਜਿਹੜਾ ਆਵਾਜਾਈਆ ਉਹਨੂੰ ਦੇਖਣ ਦੇ ਲਈ ਕਿਹੜਾ ਜਿਹੜਾ ਹੈ ਮਿਰਰ ਦਰਪਣ ਕੰਮ ਆਉਂਦਾ ਹੈ ਹਾਂਜੀ ਕਨਵੈਕਸ ਮਿਰਰ ਯਾਨੀ ਕਿ ਉਤਲ ਦਰਪਣ ਅੱਗੇ ਵਿੱਚ ਉਹ ਦਾ ਫੋਲੋਇੰਗ ਕਲਰ ਹੈਜ਼ ਮੈਕਸਿਮਮ ਵੇਵ ਲੈਂਥ ਇਹਨਾਂ ਚੋਂ ਕਿਹੜੇ ਰੰਗ ਦੀ ਤਰੰਗ ਲੰਬਾਈ ਸਭ ਤੋਂ ਵੱਧ ਹੋਵੇਗੀ ਰੈੱਡ ਯਾਨੀ ਕਿ ਲਾਲ ਅੱਗੇ ਗੁਰਪ੍ਰੀਤ ਵੈਂਟ ਫੋਰ ਅ ਮੈਡੀਕਲ ਚੈੱਕਅਪ ਐਂਡ ਫਾਊਂਡ ਦੈਟ ਦ ਕਰਵਚਰ ਆਫ ਹਿਸ ਆਈ ਲੈਂਸ ਇਜ਼ ਇਨਕਰੀਜ਼ਿੰਗ ਉਸ ਦੀ ਅੱਖ ਦੀ ਵਕਰਤਾ ਵਧੀ ਹੋਈ ਹੈ ਵਿੱਚ ਡਿਫੈਕਟ ਇਜ਼ ਹੀ ਲਾਈਕਲੀ ਟੂ ਸuffer ਫਰੋਮ ਹਾਂਜੀ ਉਹਨੂੰ ਕਿਹੜਾ ਦੋਸ਼ ਹੋ ਗਿਆ ਹੈ ਮਾਇਓਪੀਆ ਯਾਨੀ ਕਿ ਨਿਕਟ ਦ੍ਰਿਸ਼ਟੀ ਦੋਸ਼ ਅੱਗੇ ਇਨ ਦਾ ਫੋਲੋਇੰਗ ਸਰਕਟ ਵਿਚ ਵਿਲ ਬੀ ਇਫੈਕਟਿਵ ਰੈਜ਼ਿਸਟੈਂਸ ਵਾਟ ਵਿਲ ਬੀ ਦ ਰੈਜ਼ਿਸਟ 哦ਹੋ ਇਫੈਕਟਿਵ ਰੈਜ਼ਿਸਟੈਂਸ ਹਾਂਜੀ 2 ਇੱਥੇ ਐ 4 ਇੱਥੇ ਐ 12 ਇੱਥੇ ਐ ਤੇ ਆਹ ਕੀਤਾ ਹੋਇਆ ਸੌਲ 1/4 1/12 ਇਹ ਬਣ ਗਿਆ 1/3 ਆਹ ਬਣ ਗਿਆ 3 ਤੇ 2 ਤੇ 3 ਹੋ ਗਏ 5 ਆਪਣੇ ਕੋਲ ਫਿਰ ਅਗੇ ਡੂਰਿੰਗ ਸ਼ੋਰਟ ਸਰਕਟਿੰਗ ਦਾ ਵੈਲਿਊ ਆਫ ਕਰੰਟ ਸ਼ਾਰਟ ਸਰਕਟ ਸਮੇਂ ਬਿਜਲੀ ਧਾਰਾ ਦਾ ਮਾਣ ਵੱਧ ਜਾਂਦਾ ਹੈ ਇਨਕਰੀਜ਼ਸ ਅਗੇ ਡਿਊਰਿੰਗ ਅ ਇਲੈਕਟ੍ਰੋਲਿਸਿਸ ਆਫ ਵਾਟਰ ਵਾਟ ਇਜ਼ ਦਾ ਰੇਸ਼ਿਓ ਆਫ ਗੈਸਿਸ ਪ੍ਰੋਡਿਊਸਡ ਐਟ ਕੈਥੋਡ ਐਂਡ ਐਨੋਡ ਹਾਂਜੀ 1/2 1 ਅਨੁਪਾਤ 2 ਅਗੇ ਵਾਟ ਇਜ਼ ਦਾ ਕਾਮਨ ਨੇਮ ਆਫ CaOCl2 ਬਲੀਚਿੰਗ ਪਾਊਡਰ ਯਾਨੀ ਕਿ ਰੰਗ ਕਾਟ ਵਾਟ ਇਜ਼ ਦਾ ਰੇਂਜ ਆਫ ਪੀਐਚ ਸਕੇਲ ਪੀਐਚ ਸਕੇਲ ਦੀ ਰੇਂਜ ਕਿੰਨੀ ਹੁੰਦੀ ਹੈ 0 ਤੋਂ 14 ਇਨ ਗੈਲਵਨਾਈਜ਼ੇਸ਼ਨ ਹਾਂਜੀ ਗੈਲਵਨਾਈਜ਼ੇਸ਼ਨ ਦੇ ਵਿੱਚ ਵਿਚ ਮੈਟਲ ਇਜ਼ ਇਲੈਕਟ੍ਰੋਪਲੇਟਡ ਓਨ ਆਇਰਨ ਟੂ ਪ੍ਰੀਵੈਂਟ ਰਸਟਿੰਗ ਜ਼ਿੰਕ ਦੀ ਗੈਲਵਨਾਈਜ਼ੇਸ਼ਨ ਕੀਤੀ ਜਾਂਦੀ ਹੈ ਲੋਹੇ ਦੇ ਉੱਤੇ ਆਊਟ ਆਫ ਵਿਚ ਆਊਟ ਆਫ ਫੋਲੋਇੰਗ ਵਿਚ ਮੈਟਲ ਇਜ਼ ਮੋਸਟ ਰिएक्टਿਵ ਇਨਾਂ ਚ ਸਭ ਤੋਂ ਜ਼ਿਆਦਾ ਰिएक्टਿਵ ਕਿਹੜੀ ਹੈ ਪੋਟਾਸ਼ੀਅਮ ਵਿਚ ਐਸਿਡ ਇਜ਼ ਪ੍ਰੈਜ਼ੈਂਟ ਇਨ ਲੈਮਨ ਜੂਸ ਹਾਂਜੀ ਨਿੰਬੂ ਦੇ ਰਸ ਚ ਕਿਹੜਾ ਤੇਜਾਬ ਹੁੰਦਾ ਹੈ ਸਿਟ੍ਰਿਕ ਐਸਿਡ ਅਗੇ ਇਨ ਵਿੱਚ ਪਾਰਟ ਆਫ ਰੈਸਪੀਰੇਟਰੀ ਸਿਸਟਮ ਐਕਸਚੇਂਜ ਆਫ ਗੈਸਿਸ ਅਕurs ਐਲੂਵੀਆਈ ਐਲ ਉਹ ਲਾਈ ਪੰਜਾਬੀ ਚ ਕਹਿੰਦੇ ਆ ਉਹਨੂੰ ਅਗੇ ਹਿਮੋਗਲੋਬਿਨ ਇਸ ਪ੍ਰੈਸੈਂਟ ਇਨ ਵਿੱਚ ਟਾਈਪ ਆਫ ਬਲੱਡ ਸੈੱਲ ਕਿਹੜੇ ਬਲੱਡ ਲਹੂ ਕਣਾਂ ਦੇ ਵਿੱਚ ਸੈੱਲਾਂ ਦੇ ਵਿੱਚ ਹਿਮੋਗਲੋਬਿਨ ਹੁੰਦਾ ਰੈੱਡ ਬਲੱਡ ਸੈੱਲ ਆਰ ਬੀ ਸੀ ਦੇ ਵਿੱਚ ਵਿਚ ਟਿਸ਼ੂ ਇਨ ਪਲਾਂਟਸ ਇਸ ਰਿਸਪੌਂਸਿਬਲ ਫੋਰ ਟ੍ਰਾਂਸਪੋਰਟੇਸ਼ਨ ਆਫ ਵਾਟਰ ਪਾਣੀ ਦੇ ਪਰਿਵਹਨ ਦੇ ਲਈ ਹੁੰਦਾ ਜ਼ਾਈਲਮ ਤੇ ਭੋਜਨ ਦੇ ਲਈ ਹੁੰਦਾ ਫਲੋਇਮ ਦੋਨੋਂ ਹੀ ਯਾਦ ਰੱਖ ਲਿਓ ਦਾ ਗੈਪ ਬੀਟਵੀਨ ਟੂ ਨਿਊਰੋਨਸ ਇਜ਼ ਕਾਲਡ ਸਾਈਨੈਪਸ ਹਾਉ ਫੀਟਸ ਗੈਟਸ ਨਿਊਟ੍ਰੀਸ਼ਨ ਇਨ ਮਦਰਸ ਵੋਮਬ ਥਰੂ ਪਲੇਸੈਂਟਾ ਪਲੇਸੈਂਟਾ ਦੇ ਥਰੂ ਮਿਲਦਾ ਉਹਨੂੰ ਭੋਜਨ ਵਿਚ ਆਫ ਦਾ ਫੋਲੋਇੰਗ ਇਜ਼ ਅ ਸੈਕ੍ਰੀਸ਼ਨ ਆਫ ਸਲਿਵਰੀ ਗਲੈਂਡਸ ਐਮਿਲੇਜ਼ ਨੈਕਸਟ ਡਿਊਰਿੰਗ ਵਿਚ ਡਿਊਰਿੰਗ ਲਾਈਫ ਪ੍ਰੋਸੈਸਸਿਸ in which part of cell conversion of glucose into pyruvate takes place cytoplasm chunda ba yehe age vich gas is used in a liquid form as a fuel in the rocket rocket de vich ballan de taur te kedi gas liquid form ch varti jandi hai hydrogen what does the right hand thumb rule give the direction of generated magnetic field ਪੈਦਾ ਹੋਏ ਚੁੰਮਕੀ ਖੇਤਰ ਦੀ ਦਿਸ਼ਾ ਦਾ ਨੰਬਰ ਆਫ ਨਿਊਰੋਨਸ ਨਿਊਟ੍ਰੋਨਸ ਸੋਰੀ ਐਂਡ ਇਲੈਕਟ੍ਰੋਨਸ ਪ੍ਰੈਜ਼ੈਂਟ ਇਨ ਦਾ ਸਪੀਸੀਜ਼ H2+ ਰਿਸਪੈਕਟਿਵਲੀ ਉਹ ਕਿੰਨੀ ਹੁੰਦੀ ਹੈ 0, 1 ਅੱਗੇ 35 Cl 17 37 Cl ਉਰੇ 17 ਹੋਣਾ ਚਾਹੀਦਾ ਉਰੇ 13 ਦਿੱਤਾ ਹੋਇਆ ਮੇਰੇ ਹਿਸਾਬ ਦੇ ਨਾਲ 40 Ar 18 40 Ca Br ਰਿਸਪੈਕਟਿਵਲੀ ਐਗਜ਼ੈਂਪਲਸ ਆਫ ਉਹ ਆਈਸੋਟੋਪਸ ਐਂਡ ਆਈਸੋਬਾਰਸ ਇਹ ਜਰੂਰੀ ਇੱਕ ਵਾਰ ਚੈੱਕ ਕਰ ਲੋ ਥੋੜਾ ਡਾਊਟਫੁਲ ਹੈ ਅੱਗੇ ਹਾਊ ਡਸ ਇਲੈਕਟ੍ਰੀਕਲ ਇੰਪਲਸ ਟਰੈਵਲ ਇਨ ਅ ਨਿਊਰੋਨ ਨਿਊਰੋਨ ਦੇ ਵਿੱਚ ਇਹ ਬਿਜਲਈ ਜਿਹੜੀ ਹੈ ਉਹ ਕਿਵੇਂ ਚੱਲੂਗੀ ਇਹ ਹੈ ਡੈਡ ਰਾਈਟ ਫਿਰ ਸੈਲ ਬੋਡੀ ਫਿਰ ਐਕਸਨ ਫਿਰ ਵਸਕੂਲਰ ਐਂਡ ਨੈਕਸਟ ਵਿਚ ਪਿਚੁਇਚਰੀ ਹਾਰਮੋਨ ਰੈਗੂਲੇਟਸ ਐਗ ਸੈਕ੍ਰੀਸ਼ਨ ਇਨ ਹਿਊਮਨ ਫੀਮੇਲ ਮਨੁੱਖੀ ਮਾਦਾ ਵਿੱਚ ਕਿਹੜਾ ਪਿਟਿਊਟਰੀ ਹਾਰਮੋਨ ਅੰਡ ਉਤਸਰਜਨ ਨੂੰ ਕੰਟਰੋਲ ਕਰਦਾ ਹੈ ਐਫਐਸਐਚ ਨੈਕਸਟ ਓਮ 80 ਓਮ 50 ਓਮ 30 ਰੈਜ਼ਿਸਟਰ ਨੇ ਇੱਕ ਸੀਰੀਜ਼ ਚ ਕਨੈਕਟ ਕੀਤੇ ਨੇ ਰਿਜ਼ਲਟੈਂਟ ਰੈਜ਼ਿਸਟੈਂਸ ਕਿੰਨਾ ਹੋਏਗਾ 160 ਓਮ ਅਗੇ ਕਨਵੈਕਸ ਲੈਂਸ ਆਫ ਪਾਵਰ ਪੀ ਇਜ਼ ਇਮਰਸਡ ਇਨ ਵਾਟਰ ਹਾਊ ਵਿਲ ਇਟਸ ਪਾਵਰ ਚੇਂਜ ਪੀ ਸ਼ਕਤੀ ਵਾਲੇ ਉੱਤਰ ਲੈਂਸ ਨੂੰ ਪਾਣੀ ਵਿੱਚ ਡੁਬੋਇਆ ਗਿਆ ਹੈ ਇਸ ਦੀ ਸ਼ਕਤੀ ਵਿੱਚ ਕੀ ਬਦਲਾਅ ਆਏਗਾ ਇਹ ਡਿਕਰੀਜ਼ ਯਾਨੀ ਘਟ ਜਾਵੇਗੀ ਅਗੇ ਦਾ ਅਰਥ ਅਟਰੈਕਟਸ ਦਾ ਮੂਨ ਵਿਦ ਗ੍ਰੈਵਿਟੇਸ਼ਨਲ ਫੋਰਸ ਆਫ ਥਿਸ ਮੱਚ ਤੇ ਮੂਨ ਹੈ ਜਿਹੜਾ ਉਹ ਅਰਥ ਨੂੰ ਕਿਸ ਫੋਰਸ ਨਾਲ ਅਟਰੈਕਟ ਕਰੇ ਸੇਮ ਹੀ ਫੋਰਸ ਲੱਗੂਗੀ ਸੋ ਸੈਕੰਡ ਆਪਸ਼ਨ ਅਗੇ ਵਿਨੇਗਰ ਇਜ਼ ਅ ਸੋਲੂਸ਼ਨ ਆਫ 5% ਟੂ 8% ਐਸਿਟਿਕ ਐਸਿਡ ਇਨ ਵਾਟਰ ਅਗੇ ਵਿਚ ਐਂਜ਼ਾਈਮ ਇਜ਼ ਨੋਟ ਪ੍ਰੈਜ਼ੈਂਟ ਇਨ ਪੈਨਕ੍ਰੀਐਟਿਕ ਜੂਸ ਪੈਪਸਿਨ ਜਿਹੜਾ ਹੈ ਉਹ ਲੱਬਾ ਰਸ ਵਿੱਚ ਨਹੀਂ ਹੁੰਦਾ ਸੋ ਏ ਸੀ ਜੀ ਅਮੀਨਸ ਦੇ ਲਾਸਟ ਇਅਰ ਦੇ ਪੇਪਰ ਦੇ ਵਿੱਚੋਂ ਸਾਇੰਸ 파ਟ ਦਾ ਸੋਲੂਸ਼ਨ ਸੋ ਉਮੀਦ ਕਰਦਾ ਤੁਹਾਨੂੰ ਇਹ ਕੁਐਸਚਨਸ ਸਮਝ ਆ ਗਏ ਹੋਣਗੇ ਉਹ ਮੈਂ ਤਾਂ ਪਿੱਛੇ ਪਹੁੰਚ ਗਿਆ ਸੀ ਮੈਂ ਥੋੜੇ ਤੇ ਪਹੁੰਚ ਗਿਆ ਸੀ ਹਾਂ ਇੱਥੋਂ ਸ਼ੁਰੂ ਕੀਤਾ ਸੀ ਖੈਰ ਜਲਦੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਜਿਹਦੇ ਵਿੱਚ ਆਪਾਂ ਇਹਦੇ ਬਾਕੀ ਦੇ ਕੁਐਸਚਨਸ ਨੂੰ ਵੀ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਦੀ ਵੀਡੀਓ ਨੂੰ ਜ਼ਰੂਰ ਲਾਈਕ ਕਰਨਾ ਤਾਂ ਕਿ Google ਇਸ ਨੂੰ ਹੋਰ ਸਟੂਡੈਂਟਸ ਤੱਕ ਵੀ ਪਹੁੰਚਾ ਸਕੇ ਕਿਉਂਕਿ ਜਿੰਨੇ ਜ਼ਿਆਦਾ ਲਾਈਕ ਹੋਣਗੇ Google ਇਹਨੂੰ ਜ਼ਿਆਦਾ ਅੱਗੇ ਪਹੁੰਚਾਏਗਾ ਸੋ ਜ਼ਰੂਰ ਲਾਈਕ ਕਰਦੇ ਹੋ ਭਈ ਜਲਦੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਮੇਰੇ ਵੱਲੋਂ ਬੈਸਟ ਵਿਸ਼ੇਸ ਨੇ ਤੁਹਾਡੇ ਇਸ ਐਗਜ਼ਾਮ ਦੇ ਲਈ